ਜਿਸ ਤਰ੍ਹਾਂ ਵੀਡੀਓ ਅਸੀਂ ਪਾਈ ਸੀਗੀ ਲੋਕਾਂ ਨੇ ਕਾਫੀ ਆਰਿਆ ਕਿ ਮਦਦ ਕੀਤੀ ਆ ਤਾਂ ਕਿਦਾਂ ਦਾ ਲੱਗ ਰਿਹਾ ਵਧੀਆ ਲੱਗਦਾ ਕਿਸੇ ਨੇ ਮੈਨੂੰ ਸਕੂਲ ਵੀ ਲਵਾਤਾ ਵਾ ਅੱਛਾ ਜਿਵੇਂ ਅਸੀਂ ਪਿਛਲੀ ਵਾਰ ਗੱਲ ਕੀਤੀ ਸੀ ਤੁਸੀਂ ਕਹਿੰਦੇ ਸੈਕਿੰਡ ਕਲਾਸ ਤੋਂ ਬਾਅਦ ਸਕੂਲ ਨਹੀਂ ਗਏ ਤੇ ਹੁਣ ਦੁਬਾਰਾ ਜਾਣਾ ਹਾਂਜੀ ਤੁਸੀਂ ਕਿਹਾ ਸੀ ਨਾ ਮੈਨੂੰ ਜਾਨੂ ਜੀ ਕਰਦਾ ਹਾਂਜੀ ਤੇ ਲੋਕਾਂ ਨੇ ਹੁਣ ਸੁਣਿਆ ਨਾ ਹਾਂਜੀ ਵਧੀਆ ਲੱਗੂਗਾ ਹਾਂਜੀ ਮੈਂ ਰਸੋਈ ਬਾਹਰ ਬਾਹਰ ਸ਼ਾਂਦੀ ਤੇ ਅੰਦਰ ਪਾਣੀ ਚਾਹੁੰਦਾਗਾ ਮੇਰੀ ਛੱਤਾਂ ਬਿਲਕੁਲ ਟੁੱਟੀਆਂ ਆਈਆਂ ਭੈਣ ਭਰਾਣੇ ਰਾਸ਼ਨ ਦਾ ਤੇ ਸਾਧਨ ਕਰ ਦਿੱਤਾਗਾ ਮੈਨੂੰ ਕਿਸੇ ਭੈਣ ਭਰਾਣੇ ਕਹੇ ਸੀ ਮਹੀਨੇ ਬਾਅਦ ਰਾਸ਼ਨ ਵੀ ਦਵਾਂਗੇ ਤੇ ਪਰ ਮੈਂ ਕਹਿੰਨੀ ਆ ਸਾਰੇ ਭੈਣ ਭਰਾ ਆਪਣੇ ਪੈਸਾ ਤੇ ਰੁਪਈਆ ਰੁਪਈਆ ਵੀ ਇਕੱਠਾ ਕਰਕੇ ਮੇਰੀਆਂ ਛੱਤਾਂ ਨੂੰ ਸੁਬਾਰ ਦੇਣ ਕਿ ਕਿੰਦਾ ਦਾ ਲੱਗਦਾ ਸੀ ਜਦੋਂ ਬੱਚਾ ਇੰਨੀ ਛੋਟੀ ਉਮਰ ਦੇ ਵਿੱਚ ਬਾਹਰ ਜਰਾਬਾਂ ਵੇਚਣ ਜਾਂਦਾ ਸੀਗਾ ਬਹੁਤ ਦੁੱਖ ਹੁੰਦਾ ਸੀਗਾ ਹੁਣੇ ਥੋੜੇ ਦਿਨ ਪਹਿਲੇ ਮੇਰਾ ਬੱਚਾ ਗਿਆ ਸੀਗਾ ਕੋਈ ਪ੍ਰੈਸਰ ਰਿਪੋਰਟਰ ਆਏ ਤੇ ਉਹਨਾਂ ਨੇ ਕਿਹਾ ਸੀ ਸਵੇਰ ਦੇ ਬੱਚਾ ਨੂੰ ਲੱਭ ਰਹੇ ਬੱਚਾ ਉੱਥੇ ਹੈ ਨਹੀਂ ਸੀਗਾ ਠੀਕ ਹੈ ਮੇਰੇ ਤੇ ਬਿਲਕੁਲ ਇਹ ਪੈਰਾਤ ਲੋ ਜ਼ਮੀਨ ਨਿਕਲ ਗਈ ਮੇਰੇ ਬੱਚੇ ਨੂੰ ਕੀ ਹੋਏਗਾ ਕੋਈ ਕੁਝ ਕਹਿਣ ਨਾ ਦੇਵੇ ਜਾਂ ਕੋਈ ਕੁਝ ਕਰਨ ਨਾ ਦੇਵੇ ਮੈਂ ਬੱਚਿਆਂ ਨੂੰ ਪਹਿਲੇ ਮਜਬੂਰੀ ਮੈਂ 4 ਸਾਲ ਹੋ ਗਏ ਤੇ ਡਾੜੀ ਖਤਮ ਹੋਇਨੂੰ 4-3 ਸਾਲ ਤੱਕ ਪਹਿਲੇ ਮੈਂ ਹੀ ਕਮਾ ਕੇ ਖਵਾਉਂਦੀ ਰਹੀਆਂ ਬਾਅਦ ਚਾ ਬੱਚਾ ਕਮਾ ਕੇ ਸਾਨੂੰ ਖਵਾਉਣ ਲੱਗ ਗਿਆ ਕਿ ਉਹ ਜਦੋਂ ਮੇਰੀ ਹੰਬ ਟੁੱਟ ਗਈ ਸੀ ਨਾ ਬਿਲਕੁਲ ਬਿਮਾਰ ਰਹਿ ਰਿਹਾ ਕਿ ਫਿਰ ਬੱਚੇ ਕੋ ਦੇਖਿਆ ਨਹੀਂ ਕਿ ਪੰਜ ਜਿਹੇ ਦਿਨ ਲੋਹੜੀ ਸੀਗੀ ਕੋਈ ਤਿਆਰ ਹੁੰਦਾ ਸੀ ਤੇ ਮੇਰਾ ਬੱਚਾ ਉਥੇ ਕੰਮ ਤੇ ਜਾਂਦਾ ਸੀ ਦੁੱਖ ਵੀ ਬਹੁਤ ਲੱਗਦਾ ਸੀਗਾ ਸਾਰੇ ਭੈਣ ਭਰਾ ਜਿਹੜੇ ਉੱਥੇ ਉਹ ਵੀ ਇਹ ਗੱਲ ਕਹਿੰਦੇ ਸੀਗੇ ਕਹਿੰਦੇ ਲੋਕੀ ਬੱਚੇ ਘਰ ਖੇਡਣ ਦੇ ਦਿਨ ਹੁੰਦੇ ਆ ਤੇ ਇਹ ਬੱਚਾ ਤਿਆਰ ਦਿੱਤੇ ਉੱਥੇ ਬੈਠਾ ਹੁੰਦਾ ਇਹੀ ਬੱਚਾ ਸੀਗਾ ਮੇਰਾ ਵਾਸ਼ਰੂਮ ਜਾਣ ਲੱਗਾ ਡਰਦਾ ਸੀਗਾ ਤੇ ਇਹੀ ਬੱਚਾ ਵੱਜ ਜਿਹੜਾ ਕੰਮ ਤੇ ਕੱਲਾ ਜਾਂਦਾ ਸੀ ਲੁਧਿਆਣਾ ਟਾਈਮਸ ਟਿਕਰੀਓ ਤੁਸੀਂ ਤੇ ਮੈਂ ਹਾਂ ਹਰਸ਼ਕੌਰ ਅਸੀਂ ਇੱਕ ਵੀਡੀਓ ਆਪਣੇ ਪੇਜ ਤੇ ਪਾਈ ਸੀ ਲੋਕਾਂ ਨੇ ਕਾਫੀ ਉਹ ਵੀਡੀਓ ਨੂੰ ਪਸੰਦ ਕੀਤਾ ਉਹ ਵੀਡੀਓ ਸੀ ਇੱਕ ਬੱਚੇ ਦੀ ਜਿਸਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਮਜਬੂਰੀ ਹੁੰਦੀ ਹੈ ਕਿ ਉਸ ਬੱਚੇ ਨੂੰ ਜਰਾਬਾਂ ਵੇਚਨੀਆਂ ਪੈਂਦੀਆਂ ਉਹ ਤਸਵੀਰਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋਗੇ ਉਸ ਹੁਣ ਮੁੰਡੇ ਜਿਵੇਂ ਅਸੀਂ ਘਰ ਪਹੁੰਚੇ ਹਾਂ ਤਾਂ ਘਰ ਦੇ ਹਾਲਾਤ ਜਿਹੜੇ ਸ਼ਾਰਟਸ ਨੇ ਉਹ ਵੀ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਹ ਘਰ ਦੇ ਹਾਲਾਤ ਨੇ ਇਸ ਬੱਚੇ ਦੇ ਤੇ ਉੱਥੇ ਆਪਾਂ ਗੱਲਬਾਤ ਕਰਦੇ ਹਾਂ ਪਹੁੰਚੇ ਉਹਨਾਂ ਦੀ ਮਾਤਾ ਜੀ ਵੀ ਮੌਜੂਦ ਆ ਆਵਾ ਗੱਲਬਾਤ ਜਿਸ ਤਰ੍ਹਾਂ ਵੀਡੀਓ ਅਸੀਂ ਪਾਈ ਸੀਗੀ ਲੋਕਾਂ ਨੇ ਕਾਫੀ ਆ ਰਿਹਾ ਕਿ ਮਦਦ ਕੀਤੀ ਆ ਤਾਂ ਕਿਦਾਂ ਦਾ ਲੱਗ ਰਿਹਾ ਵਧੀਆ ਲੱਗਿਆ ਕਿ ਜਿੰਨੇ ਮੈਨੂੰ ਸਕੂਲ ਵੀ ਲਵਾਤਾ ਵਾ ਜਿਵੇਂ ਅਸੀਂ ਪਿਛਲੀ ਵਾਰ ਗੱਲ ਕੀਤੀ ਸੀ ਤੁਸੀਂ ਕਹਿੰਦੇ ਸੈਕਿੰਗ ਕਲਾਸ ਤੋਂ ਬਾਅਦ ਸਕੂਲ ਨਹੀਂ ਗਏ ਤੇ ਹੁਣ ਦੁਬਾਰਾ ਜਾਣਾ ਹਾਂਜੀ ਤੁਸੀਂ ਕਿਹਾ ਸੀ ਨਾ ਮੈਨੂੰ ਜਾਨੂ ਜੀ ਕਰਦਾ ਹਾਂਜੀ ਤੇ ਲੋਕਾਂ ਨੇ ਹੁਣ ਸੁਣਿਆ ਨਾ ਹਾਂਜੀ ਵਧੀਆ ਲੱਗੂਗਾ ਹਾਂਜੀ ਉੱਥੇ ਦੋਸਤਾਂ ਨਾਲ ਮਿਲੋਗੇ ਫੇਰ ਹਾਂਜੀ ਅੱਛਾ ਤੇ ਪਹਿਲਾਂ ਜਦੋਂ ਗੱਲ ਕੀਤੀ ਸੀ ਉਦੋਂ 마ਸੂਮੀਅਤ ਜਿਹੜੀ ਸੀ ਨਾ ਜਿਹੜਾ ਕਿ ਕਾਫੀ ਦਰਦ ਸੀਗਾ ਪਰ ਹੁਣ ਜਿਹੜੀ ਗੱਲ ਹੈ ਮੁਸਕਾਨ ਹੈਗੀ ਆ ਖੁਸ਼ ਹੋਣਾ ਹੁਣ ਵੈਸੇਂਦਰ ਹਾਂਜੀ ਵਧੀਆ ਲੱਗਦਾ ਤੁਸੀਂ ਕੀ ਕਹੋਗੇ

ਜਿਮਾ ਇਹ ਕਮਾਂਗੀ ਸਰਕਾਰ ਨੇ ਮੇਰੀ ਜਿੱਦਾ ਪੈਣਪੜਾ ਸਾਰੇ ਰਲ ਕੇ ਮੇਰੀ ਮਦਦ ਕਰ ਰਹੇ ਨੇ ਐਦਾਂ ਮੇਰੀਆਂ ਛੱਤਾਂ ਨੂੰ ਵੀ ਸਵਾਰਿਆ ਜਾਵੇ ਮੈਂ ਰਸੋਈ ਬਾਹਰ ਬਾਹਰ ਸ਼ਾਂਦੀ ਤੇ ਅੰਦਰ ਪਾਣੀ ਚੋਂਦਾਗਾ ਮੇਰੀਆਂ ਛੱਤਾਂ ਬਿਲਕੁਲ ਟੁੱਟੀਆਂ ਹੀ ਆ ਪੈਣਪੜਾਣੇ ਰਾਸ਼ਨ ਦਾ ਤੇ ਸਾਧਨ ਕਰ ਦਿੱਤਾਗਾ ਮੈਨੂੰ ਕਿਸੇ ਪੈਣਪੜਾਣੇ ਕਹ ਸੀ ਮਹੀਨੇ ਬਾਅਦ ਰਾਸ਼ਨ ਵੀ ਦਵਾਂਗੇ ਤੇ ਪਰ ਮੈਂ ਇਹ ਕਹਨੀ ਆ ਸਾਰੇ ਪੈਣਪੜਾ ਆਪਣੇ ਪੈਸੇ ਤੇ ਰੁਪਈਆ ਰੁਪਈਆ ਵੀ ਇਕੱਠਾ ਕਰਕੇ ਮੇਰੀਆਂ ਛੱਤਾਂ ਨੂੰ ਸਵਾਰ ਦੇਣ ਮੇਰੀ ਰਸੋਈ ਬਾਹਰ ਛੱਤਾਂ ਟੁੱਟੀਆਂ ਹੀ ਆ ਇੱਟਾਂ ਡਿੱਗ ਜਾਂਦੀਆਂ ਪਤਾ ਹੀ ਨਹੀਂ ਲੱਗਦਾ ਜਦੋਂ ਡਿੱਗਦੀਆਂ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗੀ। ਧੰਨਵਾਦ ਕਰਦੇ ਹਾਂ ਉਹਨਾਂ ਦਾ। ਹਾਂਜੀ ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਸਾਨੂੰ ਰੋਟੀ ਦੇਣ ਤੇ ਕਰ ਦਿੱਤਾ ਵਾ। ਜੀ ਤੇ ਕਿੱਦਾਂ ਦਾ ਲੱਗਦਾ ਸੀ ਜਦੋਂ ਬੱਚਾ ਇੰਨੀ ਛੋਟੀ ਉਮਰ ਦੇ ਵਿੱਚ ਬਾਹਰ ਜਰਾਬਾਂ ਵੇਚਣ ਜਾਂਦਾ ਸੀਗਾ? ਬਹੁਤ ਦੁੱਖ ਹੁੰਦਾ ਸੀਗਾ। ਹੁਣੇ ਥੋੜੇ ਦਿਨ ਪਹਿਲੇ ਮੇਰਾ ਬੱਚਾ ਗਿਆ ਸੀਗਾ। ਕੋਈ ਪ੍ਰੈਸਰ ਰਿਪੋਰਟਰ ਆਏ ਤੇ ਉਹਨਾਂ ਨੇ ਕਿਹਾ ਸੀ ਸਵੇਰ ਦੇ ਬੱਚੇ ਨੂੰ ਲੱਭ ਰਹੇ। ਬੱਚਾ ਉੱਥੇ ਹੈ ਨਹੀਂ ਸੀਗਾ। ਠੀਕ ਹੈ। ਮੇਰੇ ਤੇ ਬਿਲਕੁਲ ਇਹ ਪੈਰਾ ਤਾਂ ਲੋ ਜਮੀਨ ਨਿਕਲ ਗਈ ਮੇਰੇ ਬੱਚੇ ਨੂੰ ਕੀ ਹੋਏਗਾ ਕੋਈ ਕੁਝ ਕਹਿਣ ਨਾ ਦੇਵੇ ਜਾਂ ਕੋਈ ਕੁਝ ਕਰਨ ਨਾ ਦੇਵੇ ਇਹਨਾਂ ਮੈਨੂੰ ਬਹੁਤ ਡਰ ਜ ਹੈ ਮੈਂ ਛੋੜੇ ਬਚਾਰ ਦੀਆਂ ਖਬਰਾਂ ਵੀ ਬਣਾਤੀਆਂ ਇਹਨਾਂ ਨੇ ਮੈਂ ਰੋਂਦੀ ਪਈ ਸੀ ਜਦੋਂ ਮੇਰਾ ਜੋਦਾ ਬੇਟਾ ਲੱਭਿਆ ਮੈਨੂੰ ਪੁੱਛ ਕੇ ਦੇਖੋ ਮੇਰੇ ਕੋ ਕੋਚ ਨਹੀਂ ਹੈਗਾ ਮੇਰੇ ਕੋ ਬਸ ਇਹ ਬੇਟਾ ਹੀ ਹੈਗਾ ਮੇਰੇ ਕੋਲ ਜਿਹੜਾ ਘਰ ਹੈਗਾ ਉਹ ਵੀ ਡੈਡੀ ਦਾ ਹੈਗਾ ਮੇਰੇ ਸਹੁਰੇ ਦਾ ਹੈਗਾ ਵਾ ਠੀਕ ਹੈ ਇੱਕ ਦੋ ਕਮਰੇ ਹਨ ਦੋਨੇ ਕਮਰੇ ਜਿਹੜੇ ਦੋ ਕਮਰੇ ਮੇਰੇ ਕੋਲ ਆ ਉਹ ਦੋਨਾਂ ਦੀਆਂ ਛੱਤਾਂ ਡਿੱਗੀਆਂ ਹੀ ਆ ਬਿਲਕੁਲ ਕੋਠੇ ਚੋਂਦੇਗੇ ਮੇਰੇ ਤੇ ਮਾਂ ਹੁੰਦੀ ਆ ਨਾ ਆਪਣੇ ਬੱਚਿਆਂ ਲਈ ਕਹਿੰਦੀ ਆ ਕਿ ਕੁਝ ਵੀ ਹੋ ਜੇ ਮੈਂ ਬੱਚਿਆਂ ਨੂੰ ਨਾ ਆਂਚ ਵੀ ਨਹੀਂ ਆਣ ਦੇਣੀ ਤੇ ਉੱਥੇ ਹੀ ਕਿਦਾਂ ਦਾ ਲੱਗਿਆ ਕਿ ਜੋ ਤੁਸੀਂ ਖੁਦ ਬੱਚਿਆਂ ਨੂੰ ਨੀਂ ਨਿਕਾ ਸਕੇ ਬੱਚਾ ਖੁਦ ਬਾਹਰ ਨਿਕਲਿਆ ਕਰੋ ਕਿਉਂਕਿ ਉਹਨੇ ਕਿਹਾ ਤੁਹਾਡੀ ਤਬੀਤ ਵੀ ਖਰਾਬ ਰਹਿੰਦੀ ਹੈ ਐਂ ਜੀ ਮੈਂ ਬਹੁਤ ਕੰਮ ਕਰਦੀ ਸੀ ਘਰਾਂ ਦੇ ਭਾਂਡੇ ਮਾਂਦੀ ਸੀਗੀ ਮੈਂ ਬੱਚਿਆਂ ਨੂੰ ਪਹਿਲੇ ਮਜਬੂਰੀ ਮੈਂ 4 ਸਾਲ ਹੋ ਗਏ ਤੇ ਡਾੜੀ ਖਤਮ ਹੋਏ ਨੂੰ 4 3 ਸਾਲ ਤਾਂ ਪਹਿਲੇ ਮੈਂ ਹੀ ਕਮਾ ਕੇ ਖਵਾਉਂਦੀ ਰਹੀਆਂ ਬਾਅਦ ਚਾ ਬੱਚਾ ਕਮਾ ਕੇ ਸਾਨੂੰ ਖਵਾਉਣ ਲੱਗ ਗਿਆ ਕਿਉਂਕਿ ਜਦੋਂ ਮੇਰੀ ਹੰਬ ਟੁੱਟ ਗਈ ਸੀ ਨਾ ਬਿਲਕੁਲ ਬਿਮਾਰ ਰਹਿ ਰਹਿ ਕੇ ਫਿਰ ਬੱਚੇ ਕੋ ਦੇਖਿਆ ਨਹੀਂ ਕਿ ਕਿਸ ਟਾਈਮ ਪਿਪੇ ਚਾਟਾ ਹੁੰਦਾ ਸੀ ਕਿਸ ਟਾਈਮ ਨਹੀਂ ਵੀ ਹੁੰਦਾ ਸੀਗਾ ਇਹ ਬੱਚੇ ਨੇ ਮੇਰੇ ਉੱਤੇ ਤ ਚਲੋ ਮੈਂ ਧੰਨਵਾਦ ਕਰਦੀ ਜਿਹੜੇ ਮੇਰੇ ਭੈਣ ਭਰਾ ਮੇਰਾ ਸਾਥ ਦਿੰਦੇ ਆ ਮੈਂ ਬਹੁਤ ਧੰਨਵਾਦ ਕਰਦੀ ਆ ਜੀ ਤੇ ਕਿਰਾਏ ਬੱਚਾ ਇਹ ਵੀ ਕਹਿ ਰਿਹਾ ਸੀ ਕਿ ਕਿਸ ਤਰ੍ਹਾਂ ਉਹ ਜਾਂਦਾ ਸੀਗਾ ਤੇ ਕਦੀ ਕਦੀ ਤਾਂ ਉਹ ਵੀ ਕਮਾ ਕੇ ਨਹੀਂ ਆਪੰਦਾ ਸੀ ਘਰੇ ਹਾਂਜੀ ਉਹ ਜਦੋਂ ਕਮਾ ਕੇ ਨਹੀਂ ਆਂਦਾ ਸੀ ਬਹੁਤ ਮੁਸ਼ਕਲ ਹੁੰਦੀ ਸੀ ਕਿਸ ਟਾਈਮ ਗੁੱਸਾ ਵੀ ਆਂਦਾ ਸੀ ਬੱਚੇ ਤੇ ਅੱਜ ਤੂੰ ਕਮਾ ਕੇ ਨਹੀਂ ਲਿਆਇਆ ਜਾਂ ਕਿੱਦਾਂ ਆ ਕਿੱਦਾਂ ਨਹੀਂ ਬਹੁਤ ਆਣ ਕੇ ਰੋਂਦਾ ਹੀ ਪੰਜ ਜਿਹੇ ਦਿਨ ਲੋੜੀ ਸੀਗੀ ਕੋਈ ਤਿਹਾੜ ਹੁੰਦਾ ਸੀ ਤੇ ਮੇਰਾ ਬੱਚਾ ਉਥੇ ਕੰਮ ਤੇ ਤਾਂ ਹੁੰਦਾ ਸੀ ਦੁੱਖ ਵੀ ਬਹੁਤ ਲੱਗਦਾ ਸੀਗਾ ਸਾਰੇ ਭੈਣ ਭਰਾ ਜਿਹੜੇ ਉੱਥੇ ਉਹ ਵੀ ਇਹ ਗੱਲ ਕਹਿੰਦੇ ਸੀਗੇ ਕਹਿੰਦੇ ਲੋਕੀ ਬੱਚੇ ਘਰ ਖੇਡਣ ਦੇ ਦਿਨ ਹੁੰਦੇ ਆ ਤੇ ਇਹ ਬੱਚਾ ਤਿਆਰ ਦਿੱਤੇ ਉੱਥੇ ਬੈਠਾ ਹੁੰਦਾ ਤੇ ਕਿਸੇ ਟਾਈਮ ਮਜਬੂਰੀ ਰੋਕ ਕੇ ਵੀ ਭੇਜਦੀ ਹੁੰਦੀ ਸੀ ਜਾਂਦਾ ਨਹੀਂ ਜਿੱਦਾ ਕਰਦਾ ਸੀਗਾ ਮੈਂ ਫਿਰ ਵੀ ਤੱਕੇ ਦੇ ਨਾਲ ਪੰਜੀ ਮੇਂਦ ਮਤਲਬ ਆਪਣੇ ਮਨ ਨੂੰ ਥੋੜਾ ਜਿਹਾ ਸਮਝਾ ਕੇ ਕਿ ਬਸ ਬਹੁਤ ਦੁੱਖ ਸੀਗਾ ਹੁਣ ਨਹੀਂ ਸਿਰ ਤੇ ਪਿਓ ਹੈਗਾ ਭੈਣਾਂ ਦੇ ਸਿਰ ਦੇ ਉੱਤੇ ਆਈ ਪਿਓ ਹੈ ਇਹੀ ਵੱਡਾ ਪ੍ਰਾਅ ਹੈ ਹੂੰ ਭੈਣਾ ਵੱਡੀਆਂ ਤਾਂ ਵੀ ਸਾਰਾ ਕੁਝ ਇਹੀ ਆ ਭੈਣਾ ਦਾ ਵੀ ਹੈਗੀ ਆ ਤੇ ਮੇਰਾ ਵੀ ਇਹੀ ਸਾਰਾ ਕੁਝ ਮਤਲਬ ਬੱਚੇ ਨੂੰ ਜੀਵ ਹੀ ਨਹੀਂ ਕਰਦਾ ਸੀ ਹਨਾ ਹਾਂਜੀ ਤਿੰਨ ਛੜਕਾ ਜਿੰਨੇ ਪਾਰ ਕਰਨੀ ਆ ਕਦੀ ਮਾਂ ਨੇ ਬੱਚੇ ਨੂੰ ਗਲੀ ਚ ਭੇਜ ਲੱਗਿਆ ਬੱਚਾ ਇਹੀ ਬੱਚਾ ਸੀਗਾ ਮੇਰਾ ਵਾਸ਼ਰੂਮ ਜਾਣ ਲੱਗਿਆ ਡਰਦਾ ਸੀਗਾ ਤੇ ਇਹੀ ਬੱਚਾ ਵੱਜ ਜਿਹੜਾ ਕੰਮ ਤੇ ਕੱਲਾ ਜਾਂਦਾ ਸੀਗਾ ਘਰ ਤਾਂ ਮੈਂ ਦੱਸਦਾ ਕਿ ਬਹੁਤ ਦੂਰ ਹੈ ਘਰ ਇਹਨਾਂ ਦਾ ਜਲੰਧਰ ਬਾਈਪਾਸ ਤੇ ਤੇ ਜਾਂਦਾ ਕਿਵੇਂ ਸੀ ਉੱਥੇ ਹਾਂਜੀ ਆਟੋ ਤੇ ਭੇਜਦੇ ਸੀਗੇ ਬਹੁਤ ਡਰ ਵੀ ਲੱਗਦਾ ਸੀਗਾ ਅੱਛਾ ਜਦੋਂ ਬੱਚਾ ਨੇਰਾ ਪੈਣਾ 7-8 ਵਜ ਜਾਣੇ ਕਿਸ ਟਾਈਮ ਖੜ ਖੜ ਕੇ ਦੇਖਣਾ ਹਾਏ ਜੋਦਾ ਨਹੀਂ ਆਇਆ ਹਾਏ ਜੋਧਣਿਆ ਕਦੀ ਕਿਸੇ ਨੂੰ ਪੁੱਛ ਕਦੀ ਕਿਸੇ ਨੂੰ ਪੁੱਛ ਬਹੁਤ ਮੁਸ਼ਕਲਾਂ ਨੇ ਪੰਜੀ ਤੁਹਾਨੂੰ ਕੀ ਦਸੀਏ ਬਹੁਤ ਅੰਦਰੋਂ ਦਿਲ ਵੀ ਬਹੁਤ ਦੁਖੀ ਹੈ ਹੁਣ ਕਿਸੇ ਨੂੰ ਅਸੀਂ ਆਪਣਾ ਦੱਸ ਵੀ ਨਹੀਂ ਸਕਦੇ ਤੇ ਦੁਨੀਆ ਨੇ ਪੰਜੀ ਬਦਨਾਮ ਵੀ ਸਾਨੂੰ ਇੰਨਾ ਕਰ ਦਿੱਤਾ ਹੈ ਨਾ ਅਸੀਂ ਖਰੇ ਕੀ ਆ ਇਹ ਗੱਲ ਕਮਾ ਅਸੀਂ ਕਿਸੇ ਨੂੰ ਇਹ ਨਹੀਂ ਕਿਹਾ ਸੀਗਾ ਮੈਂ ਇਹੀ ਕਹਿੰਦੀ ਸੀ ਬੱਚਾ ਮੇਰਾ ਕਮਾਂਦਾ ਵਾ ਤੇ ਕਮਾਂਂਦਿਓ ਪਰ ਮੈਂ ਨਹੀਂ ਕਿਛੇਗਾ ਕਿਸੇ ਭੈਣ ਭਰਾ ਨੂੰ ਅੱਦਾਇਆ ਬੱਦਾਇਆ ਪਰ ਦੁਨੀਆ ਬਹੁਤ ਬੇਇੱਜ਼ਤੀ ਮੇਰੇ ਬੱਚੇ ਦੀ ਕਰਦੀ ਆ ਮੈਂ ਉਹਨਾਂ ਨੂੰ ਅਗੇ ਧੰਨਵਾਦ ਕਰਦੀ ਆ ਤੁਸੀਂ ਮੈਨੂੰ ਨਾ ਕਰਨ ਦਿਓ ਮੇਰੇ ਬੱਚੇ ਨੂੰ ਕੰਮ ਕਰਨ ਦਿਓ ਮੈਂ ਬਹੁਤ ਧੰਨਵਾਦ ਕਰਦੀ ਹਾਂ ਮਤਲਬ ਤੁਸੀਂ ਮਦਦ ਨਹੀਂ ਕਰਨੀ ਤਾਂ ਨਾ ਕਰੋ ਪਰ ਗਲਤ ਨਹੀਂ ਬੋਲਣਾ ਗਲਤ ਨਾ ਬੋਲੋ ਮੇਰੇ ਬੱਚੇ ਨੂੰ ਬੇਇੱਜ਼ਨਾ ਨਾ ਕਰੋ ਮੈਂ ਕਹਿੰਦੀ ਮੇਰੇ ਬੱਚੇ ਦੀ ਬੇਇੱਜ਼ਤੀ ਨਾ ਕਰੋ ਜੇ ਤੁਸੀਂ ਨਹੀਂ ਦਿੰਦੇ ਤੇ ਤੁਸੀਂ ਬੇਇੱਜ਼ਤੀ ਵੀ ਨਾ ਕਰੋ ਮੈਂ ਕਹਿੰਨੀ ਆ ਅਸੀਂ ਕਿਸੇ ਘੜਾ ਅੱਦਾ ਅੱਦਾ ਕਹਿਨੇ ਆ ਆ ਮੇਰਾ ਬੱਚਾ ਮਿਹਨਤ ਕਰਨ ਜਾਂਦਾ ਸੀਗਾ ਹੁਣ ਬੱਚੇ ਦੇ ਹੁਣ ਮੈਂ ਕੀ ਕਹਿ ਸਕਦੀ ਆ ਮੈਂ ਹੱਥ ਜੋੜ ਕੇ ਹੀ ਕਹਿ ਸਕਦੀ ਆ ਵੀਰ ਜੀ ਸਾਡੀ ਬੇਇੱਜ਼ਤੀ ਨਾ ਕਰੋ ਸਾਡੀ ਬੇਇੱਜ਼ਤੀ ਨਾ ਕਰੋ ਤੇ ਹੁਣ ਬੱਚਾ ਸਕੂਲ ਜਾਊਗਾ ਸਕੂਲ ਜਾਊਗਾ ਵੀਰ ਜੀ ਹੁਣ ਬੈਗ ਤਿਆਰ ਕਰਕੇ ਦਿਆ ਕਰੋਗੇ ਹਾਂਜੀ ਜੀ ਕਿ ਮਨ ਨੂੰ ਕਦੀ ਹੁੰਦਾ ਸੀ ਕਿ ਰੱਬਾ ਐ ਕਿਉਂ ਕੀਤਾ ਕਦੀ ਰੋਣਾ ਵੀ ਆਂਦਾ ਹੋਊਗਾ ਰੋਣਾ ਆਂਦਾ ਸੀਗਾ ਕਿਸ ਟਾਈਮ ਤੇ ਰਾਤ ਨੂੰ ਸਾਰੀ ਸਾਰੀ ਰਾਤ ਸੌਂਦੇ ਨਹੀਂ ਨੀਂਦ ਨਾਲ ਰੋਂਦੀ ਸੀ ਕਿ ਹਾਈ ਮੇਰੇ ਬੱਚੇ ਜਿਹਦਾ ਮਾਂ ਦੇ ਦਿਲ 'ਚ ਤਾਂ ਤੁਹਾਨੂੰ ਪਤਾ ਆਂਦਾ ਹੀ ਆ ਆ ਮੇਰੇ ਬੱਚੇ ਅੱਧਾ ਕਰਦੇ ਆ ਮੇਰੇ ਬੱਚੇ ਉੱਧਾ ਬੈਠੇ ਆ ਹਾਏ ਮੇਰੇ ਮੁੰਡੇ ਨੇ ਕੰਮ ਤੇ ਜਾਣਾ ਕਿਸ ਟਾਈਮ ਇੰਨਾ ਜਿੱਦੀ ਸੀਗਾ ਕੰਮ ਤੇ ਵੀ ਨਹੀਂ ਜਾਂਦਾ ਹੋਏਗਾ ਤੇ ਫਿਰ ਜਦੋਂ ਘਰ ਦੀਆਂ ਮਜਬੂਰੀਆਂ ਦਾ ਪਤਾ ਲੱਗਦਾ ਸੀਗਾ ਤੇ ਮੈਂ ਉਸ ਟਾਈਮ ਜੀ ਜਾਂਦਾ ਹੀ ਵਿਚਾਰਾ ਕੰਮ ਤੇ ਮੰਮੀ ਜਦੋਂ ਰੋਂਦੇ ਹੁੰਦੇ ਸੀ ਕਹਿੰਦੇ ਕਿਦਾਂ ਦਾ ਲੱਗਦਾ ਸੀਗਾ ਚੁੱਪ ਕਰਾਂ ਦੇ ਹੁੰਦੇ ਸੀ ਹਾਂਜੀ ਮਨ ਵੀ ਨਹੀਂ ਕਰਦਾ ਸੀਗਾ ਕਈ ਵਾਰ ਤੁਹਾਨੂੰ ਨਹੀਂ ਕਿ ਬਾਕੀ ਬੱਚੇ ਖੇਡਦੇ ਆ ਤੇ ਮੈਂ ਕਿਉਂ ਜਾਵਾਂ ਹਾਂਜੀ ਹੂੰ ਤਾਂ ਹੁਣ ਹੁਣ ਬੜੀ ਮੁਸਕਾਨ ਹੈ ਬੜੇ ਖੁਸ਼ ਹਨ ਤੁਸੀਂ ਖੁਸ਼ ਹੋ ਹੁਣ ਆਪਣੇ ਬੱਚੇ ਨੂੰ ਦੇਖ ਕੇ ਹੋ ਖੁਸ਼ੀ ਮਾਰ ਜੱਦਾ ਹੀ ਰੱਖੇ ਬੱਚਿਆਂ ਨੂੰ ਬਸ ਮੈਂ ਕਹਣੀ ਜਿਨ੍ਹਾਂ ਨੇ ਸਕੂਲ ਲੈ ਲਾਇਆ じゃ ਕਿੱਦਾਂ ਸਾਡੇ ਘਰ ਦਾ ਸੋਚਦਾ ਮੈਂ ਕਹਣਾ ਬਹੁਤ ਧੰਨਵਾਦ ਹੋਣਾ ਭੈਣ ਭਰਾਵਾਂ ਨੂੰ ਜੀ 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 ਠੀਕ ਤਾਂ ਇਹ ਸੀ ਇਹ ਗੱਲਬਾਤ ਕੀਤੀ ਕਿ ਇਸ ਤਰ੍ਹਾਂ ਇੱਕ ਵੀਡੀਓ ਪਾਈ ਸੀ ਆਪਣੇ ਪੇਜ ਤੇ ਤਾਂ ਕਾਫੀ ਲੋਕਾਂ ਨੇ ਹੈਲਪ ਕੀਤੀ ਤੇ ਉੱਥੇ ਹੀ ਬੱਚਾ ਜਿਹੜਾ ਸਕੂਲ ਜਾਣਾ ਚਾਹੁੰਦਾ ਸੀਗਾ ਸੈਕਿੰਡ ਕਲਾਸ ਤੋਂ ਬਾਅਦ ਬੱਚਾ ਸਕੂਲ ਨਹੀਂ ਗਿਆ ਤੇ ਹੁਣ ਉਹ ਦੁਬਾਰਾ ਤੋਂ ਸਕੂਲ ਤੇ ਜਾਊਗਾ ਤਾਂ ਉਹਨਾਂ ਦੀ ਮਾਤਾ ਜੀ ਦੇ ਵੀ ਜਿਹੜੀ ਖੁਸ਼ੀ ਉਹ ਵੇਖਣ ਨੂੰ ਮਿਲਦੀ ਹੈ ਕਈ ਵਾਰ ਪਹਿਲਾਂ ਦੁੱਖ ਚ ਰੋਣਾ ਆਉਂਦਾ ਸੀ ਹੁਣ ਖੁਸ਼ੀ ਦੇ ਆਸੂ ਨਿਕਲਦੇ ਹੁੰਦੇ ਆ ਹੈ ਤਾਂ ਇਹ ਅਸੀਂ ਗੱਲਬਾਤ ਕੀਤੀ ਹੈ ਤੇ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਹਾਲਾਤ ਦੇਖ ਸਕਦੇ ਹੋ ਘਰ ਦੇ ਕਿ ਇੱਥੇ ਬਾਹਰ ਕਿਚਨ ਹੈ ਤਾਂ ਕਿਸ ਤਰ੍ਹਾਂ ਇਹ ਕਈ ਵਾਰ ਕਹਿੰਦੇ ਕਿ ਨੇਰੇ ਦੇ ਵਿੱਚ ਵੀ ਇਹਨਾਂ ਨੂੰ ਇੱਥੇ ਕੰਮ ਕਰਨਾ ਪੈਂਦਾ ਤਾਂ ਇਹ ਹਾਲਾਤ ਨੇ ਇਹਨਾਂ ਦੇ ਘਰ ਦੇ ਤੋਥੀ ਕਹਿੰਦੇ ਛੱਤਾਂ ਵੀ ਆ ਜਿਹੜੀ ਇਹਨਾਂ ਦੀ ਕੱਚੀਆਂ ਤੇ ਇਹਨਾਂ ਨੂੰ ਇਹ ਵੀ ਡਰ ਹੈ ਕਿ ਪਤਾ ਨਹੀਂ ਕਦੋਂ ਇਹਨਾਂ ਦੀ ਕੰਦ ਵੀ ਥੱਲੇ ਡਿੱਗ ਸਕਦੀ ਆ ਤਾਂ ਇਹੋ ਜਿਹੇ ਹਾਲਾਤ ਜਿਹੜੇ ਨੇ ਨੇ ਤਾਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਵੀਡੀਓ ਨੂੰ ਪਿਆਰ ਦਿੱਤਾ ਉਸੇ ਤਰ੍ਹਾਂ ਹੀ ਇਸ ਵੀਡੀਓ ਨੂੰ ਵੀ ਪਿਆਰ ਦਿਓ ਵਿਦ ਅਪਡੇਟਸ ਤੁਸੀਂ ਦੇਖਦੇ ਰਹੋ ਟਾਈਮਸ